आइडिया किधरों आया, क्योंकि जिस तरीके नाल देखते हैं लोग वक् वक् कोई खाना खवांदा है, कोई लंगर लाउंदा है, तो तुहानू ये किस तरह आइडिया आया भी आपां जिहड़े लोड़वंद ने उन्हां नू आपां कपड़े पाउणे ने? तां जिवें कहिंदे ने कि कॉमेडियन हुंदा है, कॉमेडियन नू हर टाइम कोई ना कॉमेडी सोचदी है, उवें सानू कोई ना कोई सोशल काम करन दा शौक है। पिछली सर्दियां भी देखिया कि इन्ने लोग बेचारे ठंड च बड़े, चलो तो जो असी वेखते हैं पुलों के थले पे वह तो चलो है ही, उन्होंने बड़े लोग ने समाज सेवी जो कंबल पा आते हैं, लेकिन कुछ एक मीडियम वर्ग के लोग भी ने, कुछ ऐसे लोग ने जिन्हों के कम बंद हो गए, कमाइया नहीं है, करजाई हो गई, वो कपड़े इन्ने अफोर्ड नहीं कर सकते, या होर भी कोई भी है, उन्होंने वास्ते साडे एक दिमाग चाहिए कि क्यों ना इन्होंने वास्ते कपड़े दिते योजे असी शोरूम असी पेश करिए। जैक दे मैंबर ने, मेरे साथी ने, वो भी जिस एरिया दे विच भी अगर हुण उत्थों मैं किसी ने फोन कर देना तो वह ना करो, क्योंकि पूरे जीरकपुर दे विच पिंडां च साडे हुण साथी ने, वर्कर ने जिहड़े उत्थों कलैक्ट कर लैंदे ने। जेकर 50-60-100 लोग भी आ जाण, तुसीं दे सकदे हो मैनूं गर्म कपड़े? कोई भी साडे कोल इन्ने क कपड़े ने, मैं तुहानूं दिखाना, इह तां जो असीं डिस्पले ते लाए ने ओह अलग ने, और जिहड़े अच्छे लोग नहीं लैण आ सकदे जां लोकां नूं पता नहीं लग रहा, तां असीं अज तों इह मुहिम शुरू कीती है, जिन्नियां वी साडियां गड्डियां ने, साडे साथी ने, उहनां दीआं गड्डियां दे विच असीं कोट पैंट, कुर्ते पजामे, पैंटां शर्टां, कंबल, जिहड़े मोटे ने सर्दियां वाले, वह असीं गड्डियां लदवा के जिथे जिथे भी जरूरत है, पिंडां दे विच अगर कोई ऐसा एरिया लगेगा सानूं, जां असीं पलटियाला चौंक है जीरकपुर च, जीरकपुर दे नेड़े तेड़े असीं इह वंडांगे। ਜੇਕਰ ਗੱਲ ਕਰੀਏ ਜੇ ਕਿਸੇ ਨੂੰ ਰਾਤ ਨੂੰ ਲੋੜ ਪੈ ਗਈ ਤੇ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ, ਕੀ ਕੋਈ ਟਾਈਮਿੰਗ ਹੈ ਤੁਹਾਡੀ? ਨਹੀਂ, ਵੈਸੇ ਤਾਂ ਸਾਨੂੰ ਕੋਈ ਦਿੱਕਤ ਨਹੀਂ, ਕਿਉਂਕਿ ਰਾਤ ਕੋਈ ਐਸੀ ਐਮਰਜੈਂਸੀ ਨਹੀਂ ਹੁੰਦੀ ਕਿ ਬੰਦਾ ਰਾਤ ਨੂੰ ਲਵੇ, ਲੇਕਿਨ ਸਾਡੇ ਥੱਲੇ ਸੈਲੂਨ ਹੈ, 10 ਵਜੇ ਤੱਕ ਖੁੱਲ੍ਹਾ ਰਹਿੰਦਾ, 10-10:30 ਤੱਕ ਖੁੱਲ੍ਹਾ ਰਹਿੰਦਾ, ਉਹਨੂੰ ਚਾਬੀ ਦੇ ਰੱਖੀ ਅਸੀਂ, ਜਿਹੜਾ ਮਰਜ਼ੀ ਆਵੇ ਜਦੋਂ ਮਰਜ਼ੀ ਉੱਥੋਂ ਲਵੇ, ਚਾਬੀ ਲਵੇ, ਔਰ ਆਪਣੇ ਹਿਸਾਬ ਨਾਲ ਕੱਪੜਾ ਜਿਹੜਾ ਉਹਨੂੰ ਪਸੰਦ ਆਉਂਦਾ ਜਿਸ ਟਾਈਮ ਮਰਜ਼ੀ ਲਵੇ, ਜਦੋਂ ਤੱਕ ਖੁੱਲ੍ਹਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਵਰਲਡ ਪੰਜਾਬੀ ਡਿਜੀਟਲ ਦੇ ਨਾਲ ਤੇ ਮੈਂ ਹਾਂ ਮੋਹਿਤ ਸ਼ਰਮਾ। ਜੇਕਰ ਕੋਈ ਲੋੜਵੰਦ ਹੈ, ਜਿਸਨੂੰ ਗਰਮ ਕੱਪੜਿਆਂ ਦੀ ਲੋੜ ਹੈ, ਜਿਸਨੂੰ ਕੋਟ ਪਹਿਨਣ ਦੀ ਵੀ ਲੋੜ ਹੈ, ਜਿਸਨੂੰ ਹੋਰ ਕੱਪੜਿਆਂ ਦੀ ਵੀ ਲੋੜ ਹੈ, ਉਹ ਇਸ ਐਡਰੈਸ ਤੇ ਆ ਕੇ ਉਹ ਆਪਣੇ ਕੱਪੜੇ ਲੈ ਸਕਦਾ ਹੈ, ਉਹ ਕਦੇ ਵੀ ਇਸ ਐਡਰੈਸ ਤੇ ਆ ਕੇ ਉਹ ਗਰਮ ਕੱਪੜੇ ਲੈ ਸਕਦਾ ਹੈ। ਆਪਾਂ ਦੇਖਿਆ ਹੋਣਾ ਸੜਕਾਂ ਤੇ ਕੁਝ ਲੋਕ ਠੰਡ ਦੇ ਵਿੱਚ ਬੈਠੇ ਹੁੰਦੇ ਨੇ, ਜਿਨ੍ਹਾਂ ਨੂੰ ਗਰਮ ਕੱਪੜਿਆਂ ਦੀ ਲੋੜ ਹੁੰਦੀ ਹੈ। ਆਪਾਂ ਤਾਂ ਚਲੋ ਘਰ ਦੇ ਵਿੱਚ ਬਹਿ ਜਾਂਦੇ ਹਾਂ, ਜਦੋਂ ਆਪਾਂ ਵੀ ਘਰ ਦੇ ਵਿੱਚ ਬਹਿੰਦੇ ਹਾਂ ਸਾਨੂੰ ਵੀ ਠੰਡ ਲੱਗਦੀ ਹੈ, ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਲੋਕ ਬਾਹਰ ਸੜਕਾਂ ਤੇ ਹੁੰਦੇ ਨੇ, ਉਹਨਾਂ ਨੂੰ ਵੀ ਲੋੜ ਹੁੰਦੀ ਹੈ ਗਰਮ ਕੱਪੜਿਆਂ ਦੀ। ਤਾਂ ਇਸੇ ਲਈ ਜੈਕ ਸੋਸਾਇਟੀ ਹੈ ਇੱਕ, ਉਹਨਾਂ ਨੇ ਇਹ ਕਦਮ ਚੱਕਿਆ ਕਿ ਇਹਨਾਂ ਨੇ ਜਿਹੜੇ ਜ਼ਰੂਰਤਮੰਦ ਜਿਹੜੇ ਲੋਕ ਨੇ, ਜਿਹੜੇ ਲੋੜਵੰਦ ਲੋਕ ਨੇ, ਉਹਨਾਂ ਨੂੰ ਕੱਪੜੇ ਜਿਹੜੇ ਗਰਮ ਕੱਪੜੇ ਨੇ ਉਹ ਦਿੰਦੇ ਨੇ। ਸੋ ਆਪਾਂ ਗੱਲਬਾਤ ਕਰ ਲੈਂਦੇ ਹਾਂ ਜਿਹੜੇ ਇਸ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਸੁਖਦੇਵ ਚੌਧਰੀ ਨਾਲ। ਸੋ ਦਸੰਬਰ ਦਾ ਮਹੀਨਾ ਹੈ, ਪੋਹ ਦਾ ਮਹੀਨਾ ਹੈ, ਬੜੀ ਕੜਾਕੇ ਦੀ ਠੰਡ ਬਾਰ ਪੈ ਰਹੀ ਹੈ, ਅਤੇ ਜੇਕਰ ਕਿਸੇ ਲੋੜਵੰਦ ਨੂੰ ਕੱਪੜਿਆਂ ਦੀ, ਗਰਮ ਕੱਪੜਿਆਂ ਦੀ ਲੋੜ ਹੈ ਤਾਂ ਉਹ ਇੱਥੇ ਆ ਸਕਦਾ। ਆਪਾਂ ਐਡਰੈਸ ਵੀ ਇਹਨਾਂ ਤੋਂ ਪੁੱਛਾਂਗੇ, ਗੱਲਬਾਤ ਕਰ ਲੈਂਦੇ ਹਾਂ। ਕੀ ਨਾਂ ਹੈ ਭਾਅ ਜੀ ਆਪਣਾ? ਮੈਂ ਸੁਖਦੇਵ ਚੌਧਰੀ, ਜੀਰਕਪੁਰ ਤੋਂ। ਅੱਛਾ ਜੀ, ਆਈਡੀਆ ਕਿੱਧਰੋਂ ਆਇਆ, ਕਿਉਂਕਿ ਜਿਸ ਤਰੀਕੇ ਨਾਲ ਦੇਖਦੇ ਹਾਂ ਲੋਕ ਵੱਖ ਵੱਖ ਕੋਈ ਖਾਣਾ ਖਵਾਉਂਦਾ ਹੈ, ਕੋਈ ਲੰਗਰ ਲਾਉਂਦਾ ਹੈ, ਅਤੇ ਤੁਹਾਨੂੰ ਇਹ ਕਿਸ ਤਰ੍ਹਾਂ ਆਈਡੀਆ ਆਇਆ ਵੀ ਆਪਾਂ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਆਪਾਂ ਕੱਪੜੇ ਪਾਉਣੇ ਨੇ? ਇਹ ਕਾਫੀ ਲੰਬੇ ਸਮੇਂ ਤੋਂ ਹੀ ਅਸੀਂ ਇਹ ਕੰਮ ਕਰਦੇ ਆ ਰਹੇ ਹਾਂ ਸੋਸ਼ਲ। ਤਾਂ ਜਿਵੇਂ ਕਹਿੰਦੇ ਨੇ ਕਿ ਕੋਮੇਡੀਅਨ ਹੁੰਦਾ ਹੈ, ਕੋਮੇਡੀਅਨ ਨੂੰ ਹਰ ਟਾਈਮ ਕੋਈ ਨਾ ਕੋਈ ਕੋਮੇਡੀ ਸੋਚਦੀ ਹੈ, ਉਵੇਂ ਸਾਨੂੰ ਕੋਈ ਨਾ ਕੋਈ ਸੋਸ਼ਲ ਕੰਮ ਕਰਨ ਦਾ ਸ਼ੌਂਕ ਹੈ ਵੀ ਕੋਈ ਨਾ ਕੋਈ ਐਸਾ, ਜਿਵੇਂ ਸਾਡੇ ਪਾਣੀ ਦੇ ਟੈਂਕਰ ਚੱਲ ਰਹੇ ਨੇ, ਐਂਬੂਲੈਂਸਾਂ ਚੱਲ ਰਹੀਆਂ ਨੇ, ਐਵੇਂ ਸਾਨੂੰ ਇਹ ਲੱਗਿਆ ਕਿ ਅਸੀਂ ਜਦੋਂ ਵੇਖਿਆ ਪਿਛਲੀ ਸਰਦੀਆਂ ਵੀ ਦੇਖਿਆ ਕਿ ਇੰਨੇ ਲੋਕ ਵਿਚਾਰੇ ਠੰਡ 'ਚ ਬੜੇ, ਚਲੋ ਉਹ ਤਾਂ ਜਿਹੜੇ ਅਸੀਂ ਵੇਖਦੇ ਹਾਂ ਪੁਲਾਂ ਦੇ ਥੱਲੇ ਪਏ, ਉਹ ਤਾਂ ਚਲੋ ਹੈ ਹੀ, ਉਹਨਾਂ 'ਤੇ ਬੜੇ ਲੋਕ ਨੇ ਸਮਾਜ ਸੇਵੀ ਜਿਹੜੇ ਕੰਬਲ ਪਾ ਆਉਂਦੇ ਨੇ, ਲੇਕਿਨ ਕੁਛ ਇੱਕ ਮੀਡੀਅਮ ਵਰਗ ਦੇ ਲੋਕ ਵੀ ਨੇ, ਕੁਛ ਐਸੇ ਲੋਕ ਨੇ ਜਿਨ੍ਹਾਂ ਦੇ ਕੰਮ ਬੰਦ ਹੋ ਗਏ, ਕਮਾਈਆਂ ਨਹੀਂ ਹੈਗੀਆਂ, ਕਰਜ਼ਾਈ ਹੋ ਗਈ, ਉਹ ਕੱਪੜੇ ਇੰਨੇ ਅਫੋਰਡ ਨਹੀਂ ਕਰ ਸਕਦੇ, ਜਾਂ ਹੋਰ ਵੀ ਕੋਈ ਵੀ ਹੈ, ਉਹਨਾਂ ਵਾਸਤੇ ਸਾਡੇ ਇੱਕ ਦਿਮਾਗ ਚਾਹੀ ਕਿ ਕਿਉਂ ਨਾ ਇਹਨਾਂ ਵਾਸਤੇ ਕੱਪੜੇ ਦਿੱਤੇ ਇਹੋ ਜਿਹੇ ਅਸੀਂ ਸ਼ੋਰੂਮ ਅਸੀਂ ਪੇਸ਼ ਕਰੀਏ ਕਿ ਲੋਕ ਘਰਾਂ ਦੇ ਵਿੱਚ ਕੱਪੜੇ ਹਰੇਕ ਦੇ ਕੋਲ ਹੈਗੇ ਨੇ, ਬੱਚਿਆਂ ਦੇ ਕੱਪੜੇ ਨੇ, ਬੱਚਿਆਂ ਦੇ ਕੱਪੜੇ ਛੋਟੇ ਹੋ ਜਾਂਦੇ ਨੇ, ਬੱਚੇ ਵੱਧਦੇ ਨੇ ਜਿਵੇਂ ਜਿਵੇਂ, ਕੱਪੜੇ ਸਾਰੇ ਉਵੇਂ ਪਏ ਹੁੰਦੇ ਨੇ, ਐਵੇਂ ਲੇਡੀਜ਼ ਨੇ ਖਾਸ ਤੌਰ 'ਤੇ ਉਹ ਫੈਸ਼ਨ ਦੇ ਨਾਲ ਨਾਲ ਕੱਪੜੇ ਬਦਲਦੇ ਨੇ, ਤਾਂ ਉਹ ਕੱਪੜੇ ਵੀ ਸਪੇਅਰ ਹੋ ਜਾਂਦੇ ਨੇ, ਕੁਛ ਸਾਡੇ ਕੋਲ ਕੱਪੜੇ ਹੁੰਦੇ ਨੇ ਅਸੀਂ ਸ਼ੌਂਕ ਨਾਲ ਵੀ ਬਦਲਦੇ ਹਾਂ, ਜਾਂ ਆਊਟ ਆਫ ਫੈਸ਼ਨ ਹੋ ਜਾਂਦੇ ਨੇ, ਉਹ ਸਾਰੇ ਕੱਪੜੇ ਅਸੀਂ ਕੁਲੈਕਟ ਕਰਵਾ ਰਹੇ ਹਾਂ। ਕੋਈ ਲੋਕ ਸਾਨੂੰ ਇੱਥੇ ਆ ਕੇ ਸ਼ੋਰੂਮ 'ਚ ਦੇ ਜਾਂਦੇ ਨੇ, ਕੋਈ ਮੇਰੇ ਆਫਿਸ ਦੇ ਜਾਂਦੇ ਨੇ,
ਕਿਸੇ ਦੇ ਘਰੋਂ ਅਸੀਂ ਜਾ ਕੇ ਕੋਈ ਸਾਨੂੰ ਅਗਰ ਫੋਨ ਕਰ ਦਿੰਦਾ ਕਿ ਕੁਲੈਕਟ ਕਰ ਲਓ ਤਾਂ ਅਸੀਂ ਲੋਕਾਂ ਦੇ ਘਰਾਂ 'ਚੋਂ ਵੀ ਕੁਲੈਕਟ ਕਰਦੇ ਹਾਂ। ਕੱਪੜੇ ਅੱਛੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਅਤੇ ਤੁਸੀਂ ਕਲੈਕਟ ਕਰਦੇ ਹੋ, ਮਤਲਬ ਕਿੰਨੀ ਕੁ ਮੈਨ ਪਾਵਰ ਹੈ ਤੁਹਾਡੇ ਕੋਲ, ਮਤਲਬ ਜਿਸ ਤਰੀਕੇ ਨਾਲ ਤੁਹਾਡੀ ਤੁਸੀਂ ਜਾਂਦੇ ਹੋਣੇ, ਤੁਹਾਡੇ ਕੋਲ ਲੋਕ ਵੀ ਜਿਹੜੇ ਨੇ ਸੇਵਾ ਕਰਦੇ ਹੋਣੇ, ਵੀ ਕਿੰਨੀ ਕੁ ਮੈਨ ਪਾਵਰ ਲੱਗਦੀ ਤੁਹਾਡੇ? ਸਾਨੂੰ ਕੋਈ ਸਾਡੇ ਵਾਸਤੇ ਕੋਈ ਮੈਟਰ ਨਹੀਂ ਰੱਖਦਾ ਕਿਉਂਕਿ ਸਾਡੇ ਨਾਲ ਬਹੁਤ ਜਨਤਾ ਜੁੜੀ ਹੋਈ ਹੈ। ਸਾਡੇ ਆਪਣਾ ਮੇਰਾ ਆਪਣਾ ਸਟਾਫ 7-8 ਦਾ ਹੈਗਾ ਹੈ ਔਰ ਉਹਨਾਂ ਨੂੰ ਜਿੱਥੇ ਮਰਜ਼ੀ ਭੇਜੀ ਉਹ ਲੈ ਜਾਂਦੇ ਨੇ ਔਰ ਮੇਰੇ ਨਾਲ ਬੜੇ ਮੇਰੇ ਜਿਹੜੇ ਜੈਕ ਦੇ ਮੈਂਬਰ ਨੇ, ਮੇਰੇ ਸਾਥੀ ਨੇ, ਉਹ ਵੀ ਜਿਸ ਏਰੀਏ ਦੇ ਵਿੱਚ ਵੀ ਅਗਰ ਹੁਣ ਉੱਥੋਂ ਦੇ ਮੈਂ ਕਿਸੇ ਨੂੰ ਵੀ ਫੋਨ ਕਰ ਦੇਣਾ ਤਾਂ ਉਹ ਨਾ ਕਰੋ ਕਿਉਂਕਿ ਪੂਰੇ ਜੀਰਕਪੁਰ ਦੇ ਵਿੱਚ ਪਿੰਡਾਂ 'ਚ ਸਾਡੇ ਹੁਣ ਸਾਥੀ ਨੇ, ਵਰਕਰ ਨੇ ਜਿਹੜੇ ਉੱਥੋਂ ਕਲੈਕਟ ਕਰ ਲੈਂਦੇ ਨੇ ਔਰ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਮੈਨ ਪਾਵਰ ਦੀ ਸਾਨੂੰ ਕੋਈ ਕਮੀ ਨਹੀਂ, ਬਹੁਤ ਬੰਦੇ ਸਾਡੇ ਕੋਲ। ਕਿੰਨੇ ਜੋੜੇ ਕਿੰਨੇ ਆ ਆਪਣੇ ਕੋਲ ਵੀ, ਜੇਕਰ 50-60-100 ਲੋਕ ਵੀ ਆ ਜਾਣ, ਤੁਸੀਂ ਦੇ ਸਕਦੇ ਹੋ ਮੈਂ ਉਹਨਾਂ ਨੂੰ ਗਰਮ ਕੱਪੜੇ? ਕੋਈ ਵੀ ਸਾਡੇ ਕੋਲ ਇੰਨੇ ਕੁ ਕੱਪੜੇ ਨੇ ਮੈਂ ਤੁਹਾਨੂੰ ਦਿਖਾਉਣਾ, ਇਹ ਤਾਂ ਜੋ ਅਸੀਂ ਡਿਸਪਲੇ 'ਤੇ ਲਏ ਨੇ ਉਹ ਅਲੱਗ ਨੇ, ਸਾਡਾ ਆਫਿਸ ਭਰਿਆ ਤੁਹਾਨੂੰ ਪਿੱਛੇ ਦਿਖਾਵਾਂਗੇ। ਸਾਡੇ ਕੋਲ ਇੰਨੇ ਜ਼ਿਆਦਾ ਨੇ ਜਿਹੜੇ ਅਸੀਂ ਅੱਜ ਖੁਲਵਾ ਰਹੇ ਹਾਂ, ਹੁਣ ਇੱਕ ਵਾਰੀ ਸਿਰਫ ਅਸੀਂ ਚੇਂਜ ਕਰ ਰਹੇ ਹਾਂ, ਜਿਹੜੇ ਸਿਰਫ ਸਰਦੀਆਂ ਵਾਲੇ ਨੇ ਉਹ ਅਸੀਂ ਡਿਸਪਲੇ 'ਤੇ ਲਾਵਾਂਗੇ, ਜਿਹੜੇ ਗਰਮੀਆਂ ਵਾਲੇ ਨੇ ਉਹ ਸਾਰੇ ਅਸੀਂ ਇੱਕ ਵਾਰੀ ਸਾਂਭ ਦਿਆਂਗੇ, ਉਹ ਜਿਵੇਂ ਸਰਦੀਆਂ ਖਤਮ ਹੋਣਗੀਆਂ ਫਿਰ ਅਸੀਂ ਗਰਮੀਆਂ ਵਾਲੇ ਲਗਾ ਦਿਆਂਗੇ। ਸਰਦੀਆਂ ਵਿੱਚ ਖਤਮ ਕਰ ਰਹੇ ਹਾਂ ਔਰ ਜਿਹੜੇ ਇੱਥੇ ਲੋਕ ਨਹੀਂ ਲੈਣ ਆ ਸਕਦੇ ਜਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ, ਤਾਂ ਅਸੀਂ ਅੱਜ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਹੈ। ਜਿੰਨੀਆਂ ਵੀ ਸਾਡੀਆਂ ਗੱਡੀਆਂ ਨੇ, ਸਾਡੇ ਸਾਥੀ ਨੇ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਅਸੀਂ ਕੋਟ ਪੈਂਟ, ਕੁੜਤੇ ਪਜਾਮੇ, ਪੈਂਟਾਂ ਸ਼ਰਟਾਂ, ਕੰਬਲ ਜਿਹੜੇ ਮੋਟੇ ਨੇ ਸਰਦੀਆਂ ਵਾਲੇ, ਉਹ ਅਸੀਂ ਗੱਡੀਆਂ ਲਦਵਾ ਕੇ ਜਿੱਥੇ ਇੱਥੇ ਵੀ ਜ਼ਰੂਰਤ ਹੈ ਪਿੰਡਾਂ ਦੇ ਵਿੱਚ, ਅਗਰ ਕੋਈ ਐਸਾ ਏਰੀਆ ਲੱਗੇਗਾ ਸਾਨੂੰ, ਜਾਂ ਅਸੀਂ ਪਲਟਿਆਲਾ ਚੌਂਕ ਹੈ ਜ਼ੀਰਕਪੁਰ 'ਚ, ਜ਼ੀਰਕਪੁਰ ਦੇ ਨੇੜੇ ਤੇੜੇ ਅਸੀਂ ਇਹ ਵੰਡਾਂਗੇ। ਇਹ ਸਾਡਾ ਧਿਆਨ ਹੈ ਜੀ ਫਿਲਹਾਲ ਤਾਂ। ਭਾਜੀ ਆਪਾਂ ਦੇਖ ਲਈਏ ਮਾੜਾ ਜਿਹਾ ਕੁਛ, ਹਾਂਜੀ ਹਾਂਜੀ ਬਿਲਕੁਲ। ਕਿਸ ਤਰੀਕੇ ਦੇ ਕੱਪੜੇ ਆਪਾਂ ਰੱਖਦੇ ਹੋ? ਦੇਖੋ ਇਹ ਕੱਪੜੇ ਬਿਲਕੁਲ ਨਵਾਂ, ਹਜੇ ਡਰਾਈ ਕਲੀਨ ਕਰਵਾ ਕੇ ਨਾਲੇ, ਇਹ ਕੋਟ ਪੈਂਟ ਹੈ, ਕਰੀਬ ਕਰੀਬ ਇਹ ਮੇਰੇ ਖਿਆਲ 'ਚ 20,000 ਤੋਂ ਉੱਪਰ ਦਾ ਕੋਟ, ਕੋਈ ਪੈਸਾ ਨਹੀਂ ਨਾ, ਕੋਈ ਇਹਦਾ ਪੈਸਾ ਨਹੀਂ, ਬਿਲਕੁਲ ਫ੍ਰੀ ਹੈ। ਤੁਸੀਂ ਦੇਖੋਗੇ ਕੋਟ ਪੈਂਟ, ਇੱਕ ਇੱਕ ਕੋਟ ਪੈਂਟ 15-15, 20,000 ਰੁਪਏ ਦਾ ਕੋਟ ਪੈਂਟ ਹੈ। ਬਲੇਜ਼ਰ ਪਏ ਨੇ ਸਾਡੇ ਕੋਲ, ਇਹ ਵੀ ਸਾਰੇ ਸਾਡੇ ਕੋਲ ਇਸ ਤਰੀਕੇ ਦੇ ਪਏ ਨੇ, ਤੁਸੀਂ ਕੋਈ ਵੀ ਦੇਖ ਸਕਦੇ ਹੋ। ਅੱਗੇ ਤੁਸੀਂ ਦੇਖੋਗੇ ਪੈਂਟਾਂ ਨੇ, ਇਸ ਸਾਰੀਆਂ ਅਸੀਂ ਡਰਾਈ ਕਲੀਨ ਕਰਾ ਕੇ, ਪ੍ਰੈਸ ਕਰਵਾ ਕੇ ਲਗਾਈਆਂ ਹੋਈਆਂ ਨੇ। ਕੋਈ ਵੀ ਟਰਾਈ ਕਰਕੇ ਜਿਹਨੂੰ ਜਿਹੜੀ ਫਿੱਟ ਆਉਂਦੀ ਹੈ ਉਹ ਪਾ ਕੇ ਜਾਵੇ। ਐਵੇਂ ਆ ਜੈਂਟਸ ਦੀਆਂ ਸਾਰੀਆਂ ਪਈਆਂ ਨੇ, ਲੇਡੀਜ਼ ਦੇ ਅੱਗੇ ਤੁਹਾਨੂੰ ਦਿਖਾਵਾਂਗੇ ਜੀ। ਬਿਲਕੁਲ ਜੀ, ਸਾਫ਼ ਸੁਥਰੇ ਕੱਪੜੇ ਨੇ, ਵੀ ਕੋਈ ਵੀ ਲੋੜਵੰਦ ਹੈ ਜੇਕਰ ਕਿਸੇ ਨੂੰ ਕੱਪੜੇ ਚਾਹੀਦੇ ਤਾਂ ਇੱਧਰ ਆ ਕੇ ਉਹ ਲੈ ਸਕਦਾ ਹੈ। ਆਪਾਂ ਐਡਰੈਸ ਵੀ ਇਹਨਾਂ ਤੋਂ ਪੁੱਛਾਂਗੇ ਕਿ ਉਹ 24 ਘੰਟੇ ਕਦੇ ਵੀ ਆ ਸਕਦੇ ਨੇ ਜਾਂ ਕੋਈ ਟਾਈਮਿੰਗ ਵੀ ਹੈ ਇਹਨਾਂ ਦੀ। ਭਾਜੀ ਕੱਪੜੇ ਤਾਂ ਬੜੇ ਸਾਫ਼ ਸੁਥਰੇ ਲੱਗ ਰਹੇ ਹੈ, ਪਰ ਜੇਕਰ ਗੱਲ ਕਰੀਏ ਜੇ ਕਿਸੇ ਨੂੰ ਰਾਤ ਨੂੰ ਲੋੜ ਪੈ ਗਈ ਤੇ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ, ਕਿ ਕੋਈ ਟਾਈਮਿੰਗ ਹੈ ਤੁਹਾਡੀ? ਨਹੀਂ, ਵੈਸੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਰਾਤ ਕੋਈ ਐਸੀ ਐਮਰਜੈਂਸੀ ਨਹੀਂ ਹੁੰਦੀ ਕਿ ਬੰਦਾ ਰਾਤ ਤੋਂ ਹੀ ਲਵੇ। ਲੇਕਿਨ ਸਾਡੇ ਥੱਲੇ ਸੈਲੂਨ ਹੈ, 10 ਵਜੇ ਤੱਕ ਖੁੱਲ੍ਹਾ ਰਹਿੰਦਾ ਉਹ, 10-10:30 ਤੱਕ ਖੁੱਲ੍ਹਾ ਰਹਿੰਦਾ, ਉਹਨੂੰ ਚਾਬੀ ਦੇ ਰੱਖੀ ਅਸੀਂ। ਜਿਹੜਾ ਮਰਜ਼ੀ ਆਵੇ, ਜਦੋਂ ਮਰਜ਼ੀ ਉੱਥੋਂ ਲਵੇ, ਚਾਬੀ ਲਵੇ ਔਰ ਆਪਣੇ ਹਿਸਾਬ ਨਾਲ ਕੱਪੜਾ ਜਿਹੜਾ ਉਹਨੂੰ ਪਸੰਦ ਆਉਂਦਾ ਜਿਸ ਟਾਈਮ ਮਰਜ਼ੀ ਲਵੇ, ਜਦੋਂ ਤੱਕ ਖੁੱਲ੍ਹਾ ਹੈ। ਸਵੇਰੇ 7 ਵਜੇ ਤੋਂ ਰਾਤ 10-11 ਵਜੇ ਤੱਕ ਇਹ ਖੁੱਲ੍ਹਾ ਰਹਿੰਦਾ, ਕੁਛ ਫਿਰ ਉਸ ਤੋਂ ਬਾਅਦ ਤਾਂ ਫਿਰ ਨਹੀਂ ਅਸੀਂ ਇੱਥੇ ਉਪਲਬਧ ਹੁੰਦੇ 11 ਵਜੇ ਤੋਂ ਬਾਅਦ। ਇਹ ਕੁਝ ਹੋਰ ਵੀ ਕੱਪੜੇ ਆ, ਤੁਸੀਂ ਇੱਕ ਵਾਰ ਦਰਸ਼ਕਾਂ ਨੂੰ ਦਿਖਾ ਦਿਓ ਕਿ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੋਕ ਨੇ ਉਹ ਜਿਹੜੇ ਲੋੜਵੰਦ ਨੇ ਉਹ ਕਦੇ ਵੀ ਇੱਥੇ ਆ ਕੇ ਕੱਪੜੇ ਲੈ ਸਕਦੇ ਨੇ। ਤੇ ਆ ਕੀ ਹੈ ਭਾਜੀ? ਇਹ ਸ਼ੇਰਵਾਨੀ ਹੈ, ਦੇਖੋ ਕਿਸੇ ਨੇ ਵਿਆਹ 'ਚ ਯੂਜ਼ ਕੀਤੀ ਹੋਣੀ ਇੱਕ ਵਾਰੀ, ਉਸ ਤੋਂ ਬਾਅਦ ਪਾਈ ਨਹੀਂ ਜਾਂਦੀ, ਉਹਨਾਂ ਨੇ ਸਾਨੂੰ ਦੇਤੀ। ਮਾਰਕੀਟ ਕੋਸਟ ਇਹਦੀ ਮੈਨੂੰ ਲੱਗਦਾ ਵੀ 10,000 ਦਾ ਹੋਣਾ। 10,000 ਤੋਂ ਘੱਟ ਕੋਈ ਵੀ ਕੋਟ ਪੈਂਟ ਨਹੀਂ ਹੈਗਾ ਜਿਹੜਾ ਇੱਥੇ ਨਾ ਇੱਥੇ ਹੋਵੇ, ਸਾਡੇ ਕੋਲ ਸਾਰੇ 10,000 ਤੋਂ। ਤੁਸੀਂ ਬਿਲਕੁਲ ਫ੍ਰੀ ਦੇ ਰਹੇ ਹੋ? ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ, ਸਾਰੀਆਂ ਸ਼ਰਟਾਂ ਨੇ, ਓਵਰ ਸਾਈਜ਼ ਵੀ ਨੇ, ਕੁਛ ਘੱਟ ਹਰ ਤਰੀਕੇ ਦੀ ਹੈਗੀਆਂ ਸਾਡੇ ਕੋਲ। ਇਹ ਤੁਹਾਨੂੰ ਮੈਂ ਦਿਖਾਵਾਂ, ਇਹ ਜੈਕਟਾਂ ਨੇ ਸਾਡੀਆਂ ਕੋਲ। ਤੇ ਐਡਰੈਸ ਵੈਸੇ ਤੁਸੀਂ ਦੱਸ ਦਿਓ ਇੱਕ ਵਾਰ ਸਾਡੇ ਵੀਰ। ਇਹ ਟਕੋਲੀ 'ਚ ਹੈ ਜੀ, ਟਕੋਲੀ ਏਰੀਆ ਤੁਹਾਨੂੰ ਮੈਂ ਦੱਸਾਂ, MS ਐਨਕਲੇਵ ਤੋਂ ਜਦੋਂ ਅਸੀਂ ਆਉਂਦੇ ਹਾਂ ਔਰ ਪੀਰ ਮਛੱਲਾ ਦੇ ਵਿਚਕਾਰ ਦਾ ਇੱਕ ਏਰੀਆ ਜਿਹਨੂੰ ਆਪਾਂ ਕਿਸ਼ਨਪੁਰਾ ਏਰੀਆ ਕਹਿ ਸਕਦੇ ਹਾਂ, ਪੀਰ ਮਛੱਲਾ ਕਹਿ ਸਕਦੇ ਹਾਂ, ਇਹ ਕਿਸ਼ਨਪੁਰਾ ਟਕੋਲੀ ਰੋਡ ਬੋਲਦੇ ਇਹਨੂੰ, ਕਿਸ਼ਨਪੁਰਾ ਤੋਂ ਟਕੋਲੀ ਰੋਡ ਜਾਂਦੇ ਆ। MS ਇੰਕਲੇਵ ਦੀ ਸ਼ੋਪ ਨੰਬਰ 4 ਤੇ 5 ਦੇ ਉੱਪਰ ਬਣਿਆ ਹੈ। ਸੋ ਤੁਸੀਂ ਜੇਕਰ ਤੁਸੀਂ ਲੋੜਵੰਦ ਹੋ, ਤੁਹਾਨੂੰ ਕੱਪੜੇ ਚਾਹੀਦੇ ਨੇ ਤਾਂ ਤੁਸੀਂ ਇਸੀ ਐਡਰੈਸ ਤੇ ਆ ਸਕਦੇ ਹੋ, ਅਸੀਂ ਥੱਲੇ ਵੀ ਐਡਰੈਸ ਜਿਹੜਾ ਉਹ ਫਲੈਸ਼ ਕਰਾਂਗੇ, ਕੰਟੈਕਟ ਨੰਬਰ ਵੀ ਫਲੈਸ਼ ਕਰਾਂਗੇ। ਇੱਕ ਵਾਰ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਕਿ ਪ੍ਰੋਪਰ ਤਰੀਕੇ ਨਾਲ ਕੱਪੜੇ ਜਿਹੜੇ ਨੇ ਉਹ ਲੋੜਵੰਦ ਜਿਹੜੇ ਨੇ ਉਹ ਕਦੇ ਵੀ ਆ ਕੇ ਇੱਧਰ ਲੈ ਸਕਦੇ ਨੇ। ਤੇ ਤੁਸੀਂ ਨੰਬਰ ਵੀ ਅਸੀਂ ਫਲੈਸ਼ ਕਰ ਰਹੇ ਹਾਂ ਨੀਚੇ ਕਿ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ, ਜੇਕਰ ਤੁਹਾਨੂੰ ਐਡਰੈਸ ਨਹੀਂ ਮਿਲਦਾ ਤਾਂ ਤੁਸੀਂ ਕੰਟੈਕਟ ਕਰਕੇ ਇੱਧਰ ਆ ਸਕਦੇ ਹੋ ਤੇ ਆਪਣੇ ਤੁਸੀਂ ਕੱਪੜੇ ਜਿਹੜੇ ਹੈ, ਜੇਕਰ ਤੁਹਾਨੂੰ ਲੋੜ ਹੈ ਕੱਪੜਿਆਂ ਦੀ, ਗਰਮ ਕੱਪੜਿਆਂ ਦੀ ਜੇਕਰ ਤੁਹਾਨੂੰ ਲੋੜ ਹੈ ਤਾਂ ਤੁਸੀਂ ਇੱਧਰ ਆ ਕੇ ਤੁਸੀਂ ਕੱਪੜੇ ਕਦੇ ਵੀ ਲੈ ਸਕਦੇ ਹੋ। ਸੋ ਇਸ ਤਰ੍ਹਾਂ ਦੀ ਹੋਰ ਤਮਾਮ ਅਪਡੇਟਸ ਲਈ ਤੁਸੀਂ ਜੁੜੇ ਰਹੋ ਵਰਲਡ ਪੰਜਾਬੀ ਡਿਜੀਟਲ ਦੇ ਨਾਲ।